ਪੰਜਾਬ ਐਂਡ ਸਿੰਧ ਬੈਂਕ ਦੇ 116ਵੇਂ ਸਥਾਪਨਾ ਦਿਵਸ ਦੇ ਮੌਕੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਵਿਖੇ ਸਰਬੱਤ ਦੇ ਭਲੇ ਦੇ ਲਈ ਅਖੰਡ ਪਾਠ ਰਖਵਾਏ ਗਏ। ਜਾਣਕਾਰੀ ਮਿਲੀ ਹੈ ਕਿ ਅਖੰਡ ਪਾਠ ਦੇ ਭੋਗ ਪਾਉਣ ਤੋਂ ਬਾਅਦ ਕੀਰਤਨ ਹੋਇਆ, ਜਿੱਥੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ ਗਈ। ਇਸ ਮੌਕੇ ਤੇ ਜਿੱਥੇ ਸਮੂਹ ਸਟਾਫ ਮੌਜੂਦ ਰਿਹਾ, ਉੱਥੇ ਫੀਲਡ ਜਨਰਲ ਮੈਨੇਜਰ ਚੰਡੀਗੜ੍ਹ ਚਮਨ ਲਾਲ, DGM ਅੰਮ੍ਰਿਤਸਰ ਸ਼ਰਮਿੰਦਰ ਸਿੰਘ ਵੀ ਇਸ ਮੌਕੇ ਤੇ ਮੌਜੂਦ ਸਨ। ਜਨਰਲ ਮੈਨੇਜਰ ਦੇ ਵੱਲੋਂ ਇਸ ਮੌਕੇ ਤੇ ਜਿੱਥੇ ਆਪਣੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਗਈ, ਉੱਥੇ ਹੀ ਗਾਹਕਾਂ ਨੂੰ ਵੀ ਵਧਾਈ ਦਿੰਦਿਆਂ ਹੋਇਆਂ ਉਹਨਾਂ ਨੇ ਕੀ ਕਿਹਾ, ਤੁਹਾਨੂੰ ਸੁਣਾਉਂਦੇ ਹਾਂ। ਪੰਜਾਬ ਐਂਡ ਸਿੰਧ ਬੈਂਕ ਸਰ 1908 ਵਿੱਚ ਪੰਜਾਬ ਐਂਡ ਸਿੰਧ ਬੈਂਕ ਦੀ ਸਥਾਪਨਾ ਹੋਈ ਸੀ, ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ ਹੋਈ ਸੀ। ਅਤੇ ਅੱਜ ਅਸੀਂ ਉਸੇ ਨੂੰ ਸੈਲੀਬ੍ਰੇਟ ਕਰਨ ਲਈ ਪਰਸੋਂ ਤੋਂ ਹੀ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਇੱਥੇ ਰੱਖੇ ਗਏ ਸਨ। ਅੱਜ ਉਹਨਾਂ ਦੇ ਭੋਗ ਪਏ ਹਨ ਅਤੇ ਇਸ ਸ਼ੁਭ ਅਵਸਰ 'ਤੇ ਮੈਂ ਸਾਰੇ ਜਿਹੜੇ ਸਾਡੇ ਸਟੇਕ ਹੋਲਡਰ ਨੇ, ਕਸਟਮਰ ਨੇ, ਸਾਡੇ ਐਕਸਟਰਾ ਮੈਂਬਰ ਨੇ, ਸਾਰਿਆਂ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ। ਅਤੇ ਅਸੀਂ ਆਪਣੇ ਉਹਨੂੰ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਅਸੀਂ ਆਪਣੇ ਆਪ ਨੂੰ ਰੀਡੈਡੀਕੇਟ ਕਰ ਰਹੇ ਹਾਂ ਅੱਜ ਦੀ ਡੇਟ 'ਚ। ਜਿੱਦਾਂ ਸਾਡਾ ਟੈਗਲਾਈਨ ਹੀ ਹੈ, ਵੇਅਰ ਕਸਟਮਰ ਵੇਅਰ ਸਰਵਿਸ ਇਜ਼ ਦਾ ਵੇ ਆਫ ਲਾਈਫ, ਅਤੇ ਅਸੀਂ ਉਸੇ ਨੂੰ ਹੋਰ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਆਪਣੇ ਆਪ ਨੂੰ ਇਸ ਦੇਸ਼ ਦੀ ਔਰ ਜੋ ਸਮਾਜ ਦੀ ਸੇਵਾ ਲਈ ਦੁਆਰ ਤੋਂ ਸਮਰਪਿਤ ਕਰ ਰਹੇ ਹਾਂ। ਜ਼ਿਕਰਯੋਗ ਹੈ ਕਿ ਅਖੰਡ ਪਾਠ ਤੋਂ ਇਲਾਵਾ ਪੰਜਾਬ ਐਂਡ ਸਿੰਧ ਬੈਂਕ ਦੇ ਵੱਲੋਂ ਥਾਂ ਥਾਂ 'ਤੇ ਛਬੀਲ ਅਤੇ ਲੰਗਰ ਵੀ ਲਗਾਏ ਜਾ ਰਹੇ ਨੇ। ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ TV।